ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼। ਅੱਜ ਫਗਵਾੜਾ ਵਿਖੇ ਲੋਕ ਇਨਸਾਫ ਪਾਰਟੀ ਦੇ ਆਗੂ ਜਰਨੈਲ ਨੰਗਲ ਦੀ ਅਗਵਾਈ ਵਿੱਚ ਇੱਕ ਵਫਦ ਵੱਲੋਂ ਐਸਪੀ ਫਗਵਾੜਾ ਨੂੰ ਖਾਲਿਸਤਾਨ ਦੀ ਹਮਾਇਤ ਕਰਨ ਵਾਲੇ ਗੁਰਪਤਵੰਤ ਪੰਨੂ ਦੀ ਸੰਵਿਧਾਨ ਦੀਆਂ ਕਾਪੀਆਂ ਸਾੜਨ ਦੀ ਗੱਲ ਕਹੇ ਜਾਣ ਦੀ ਵਾਇਰਲ ਹੋਈ ਵੀਡੀਓ ਖਿਲਾਫ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਪੰਨੂ ਨੂੰ ਕਿਸੇ ਵੀ ਗਲਤ ਫਹਿਮੀ ਚ ਨਾ ਰਹਿਣ ਦੀ ਚੇਤਾਵਨੀ ਦਿੱਤੀ। ਗੁਰਪਤਵੰਤ ਸਿੰਘ ਪੰਨੂ ਨਾਮ ਦਾ ਜਿਹੜਾ ਇਹ ਗੱਲ ਕਹਿ ਰਿਹਾ ਕਿ ਰੈਫਰੈਂਡਮ 2020 ਦੇ ਸੰਬੰਧ ਵਿੱਚ ਵੀ ਅਸੀਂ ਪੰਜਾਬ ਦੇ ਅੰਦਰ ਵੋਟਾਂ ਕਰਾਵਾਂਗੇ, ਸਾਨੂੰ ਕੀ ਐਤਰਾਜ਼ ਗਿਆ, ਖਾਲਿਸਤਾਨ ਦੀ ਮੰਗ ਕਰ ਰਹੇ ਆ, ਸਾਨੂੰ ਕੋਈ ਐਤਰਾਜ਼ ਨਹੀਂ। ਲੇਕਿਨ ਉਹਨੇ ਨਾਲ ਇੱਕ ਗੱਲ ਕਹੀ ਆ ਕਿ ਅਸੀਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਔਰ ਅਸੀਂ ਜਿਹੜਾ ਭਾਰਤ ਦੇ ਸੰਵਿਧਾਨ ਦੀਆਂ ਕਾਪੀਆਂ ਨੂੰ ਸਾੜਾਂਗੇ। ਤਾਂ ਅਸੀਂ ਉਹ ਗੱਲ ਜਿਹੜੀ ਆ ਅੱਜ ਇੱਥੇ ਕਲੀਅਰ ਕਰਨ ਆਏ ਆ ਵੀ ਅਸੀਂ ਭਾਰਤ ਦੇ ਸੰਵਿਧਾਨ ਦੀ ਕਾਪੀ ਨਹੀਂ ਸਾੜਨ ਦੇਵਾਂਗੇ। ਵਿਦੇਸ਼ 'ਚ ਬਹਿ ਕੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਗੁਰਪਤਵੰਤ ਸਿੰਘ ਪੰਨੂ ਦੀ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਸਨੇ ਕਿਹਾ ਸੀ ਕਿ 26 ਜਨਵਰੀ ਨੂੰ ਜਿੱਥੇ ਭਾਰਤ ਤਿਰੰਗਾ ਲਹਿਰਾਇਆ ਜਾਵੇਗਾ ਉੱਥੇ ਉਹਨਾਂ ਵੱਲੋਂ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ, ਜਿਸ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਪੰਨੂ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਲੋਕ ਇਨਸਾਫ ਪਾਰਟੀ ਦੇ ਆਗੂ ਜਰਨੈਲ ਨੰਗਲ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਐਸਪੀ ਫਗਵਾੜਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਜਰਨੈਲ ਨੰਗਲ ਨੇ ਕਿਹਾ ਹੈ ਕਿ ਪੰਨੂ ਵੱਲੋਂ ਜੋ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ ਉਸ ਨਾਲ ਉਹਨਾਂ ਨੂੰ ਕੋਈ ਵੀ ਲੈਣਾ ਦੇਣਾ ਨਹੀਂ ਹੈ ਕਿਉਂਕਿ ਹਰ ਇੱਕ ਨੂੰ ਆਪਣੇ ਅਧਿਕਾਰਾਂ ਦੀ ਗੱਲ ਕਰਨ ਦਾ ਸੰਵਿਧਾਨਕ ਹੱਕ ਹੈ। ਪਰ ਜੋ ਉਸਨੇ ਸੰਵਿਧਾਨ ਦੀਆਂ ਕਾਪੀਆਂ ਸਾੜਨ ਦੀ ਗੱਲ ਕਹੀ ਹੈ ਉਸਦੀ ਉਹ ਸਖ਼ਤ ਸ਼ਬਦਾਂ 'ਚ ਨਿੰਦਿਆ ਕਰਦੇ ਹਨ ਅਤੇ ਉਹ ਗੁਰਪਤਵੰਤ ਪੰਨੂ ਨੂੰ ਚੇਤਾਵਨੀ ਦਿੰਦੇ ਹਨ ਕਿ ਉਹ ਕਿਸੇ ਭੁਲੇਖੇ ਵਿੱਚ ਨਾ ਰਹੇ। ਉਹਨਾਂ ਕਿਹਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਭਾਰਤੀ ਸੰਵਿਧਾਨ ਦੀ ਕਾਪੀ ਨਹੀਂ ਸਾੜਨ ਦੇਣਗੇ। ਨਾਲ ਹੀ ਉਹਨਾਂ ਕਿਹਾ ਹੈ ਕਿ ਮੰਗ ਪੱਤਰ ਵਿੱਚ ਉਹਨਾਂ ਇਹੀ ਮੰਗ ਕੀਤੀ ਹੈ ਕਿ ਪੰਨੂ ਦੇ ਕਈ ਸਮਰਥਕ ਪੰਜਾਬ ਵਿੱਚ ਹਨ ਅਤੇ ਜਿਹੇ 'ਚ ਉਹ ਕੋਈ ਵੀ ਅਜਿਹੀ ਹਰਕਤ ਨਾ ਕਰ ਸਕਣ, ਇਸ ਲਈ ਉਹਨਾਂ ਖਿਲਾਫ਼ ਪ੍ਰਸ਼ਾਸਨ ਵੱਲੋਂ ਸਖ਼ਤੀ ਦਿਖਾਈ ਜਾਵੇ ਅਤੇ ਉਹਨਾਂ ਖਿਲਾਫ਼ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਜਾਵੇ। ਕਿਉਂਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋ ਰਹੀ ਔਰ ਉਹਦੇ ਵਿੱਚ ਇੱਕ ਗੁਰਪਤਵੰਤ ਸਿੰਘ ਪੰਨੂ ਨਾਮ ਦਾ ਵਿਅਕਤੀ ਹੈ ਜਿਹੜਾ ਇਹ ਗੱਲ ਕਹਿ ਰਿਹਾ ਕਿ ਰੈਫਰੈਂਡਮ 2020 ਦੇ ਸੰਬੰਧ ਵਿੱਚ ਵੀ ਅਸੀਂ ਪੰਜਾਬ ਦੇ ਅੰਦਰ ਵੋਟਾਂ ਕਰਾਵਾਂਗੇ, ਸਾਨੂੰ ਕੀ ਐਤਰਾਜ਼ ਆ, ਖਾਲਿਸਤਾਨ ਦੀ ਮੰਗ ਕਰ ਰਹੇ ਆ, ਸਾਨੂੰ ਕੋਈ ਐਤਰਾਜ਼ ਨਹੀਂ। ਕੋਈ ਆਪਣੇ ਅਧਿਕਾਰਾਂ ਦੀ ਗੱਲ ਕਰੇ ਉਹਦਾ ਸੰਵਿਧਾਨਕ ਹੱਕ ਆ, ਸੰਵਿਧਾਨ ਉਹਨਾਂ ਨੂੰ ਆਪਣੇ ਅਧਿਕਾਰਾਂ ਦੀ ਗੱਲ ਕਰਨ ਦੀ ਇਜਾਜ਼ਤ ਦਿੰਦਾ। ਲੇਕਿਨ ਉਹਨੇ ਨਾਲ ਇੱਕ ਗੱਲ ਕਹੀ ਆ ਕਿ ਅਸੀਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਔਰ ਅਸੀਂ ਜਿਹੜਾ ਭਾਰਤ ਦੇ ਸੰਵਿਧਾਨ ਦੀਆਂ ਕਾਪੀਆਂ ਨੂੰ ਸਾੜਾਂਗੇ। ਜਿੱਥੇ ਜਿੱਥੇ ਵੀ ਕਹਿੰਦੇ ਭਾਰਤੀ ਅੰਬੈਸਡਰ ਬੈਠੇ ਆ, ਅਸੀਂ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜਾਂਗੇ। ਤੋ ਅੱਜ ਅਸੀਂ ਮੰਗ ਪੱਤਰ ਜਿਹੜਾ ਦਿੱਤਾ ਇਸੇ ਕਰਕੇ ਵੀ ਕੋਈ ਆਪਣੇ ਅਧਿਕਾਰਾਂ ਦੀ ਗੱਲ ਕਰੇ, ਸਾਨੂੰ ਇਤਰਾਜ਼ ਕੋਈ ਨਹੀਂ। ਲੇਕਿਨ ਅਗਰ ਕੋਈ ਮਨ ਦੇ ਵਿੱਚ ਭੁਲੇਖਾ ਰੱਖ ਕੇ ਵੀ ਅਸੀਂ ਭਾਰਤ ਦੇ ਸੰਵਿਧਾਨ ਦੀ ਕਾਪੀ ਨੂੰ ਸਾੜ ਦਿਆਂਗੇ ਤਾਂ ਅਸੀਂ ਉਹ ਗੱਲ ਜਿਹੜੀ ਆ ਅੱਜ ਇੱਥੇ ਕਲੀਅਰ ਕਰਨ ਆਏ ਹਾਂ ਵੀ ਅਸੀਂ ਭਾਰਤ ਦੇ ਸੰਵਿਧਾਨ ਦੀ ਕਾਪੀ ਨਹੀਂ ਸਾੜਨ ਦੇਵਾਂਗੇ। ਔਰ ਅਸੀਂ ਮੰਗ ਪੱਤਰ ਦਿੱਤਾ ਇਸ ਕਰਕੇ DG ਸਾਹਿਬ ਦੇ ਨਾਮ ਦੇ ਉੱਤੇ, SSP ਸਾਹਿਬ ਦੇ ਨਾਮ ਦੇ ਉੱਤੇ ਕਿ ਪੰਜਾਬ ਦੇ ਵਿੱਚ ਵੀ ਇਦਾਂ ਦੇ ਅਖੌਤੀ ਲੀਡਰਾਂ ਦੇ ਕੋਈ ਨਾ ਕੋਈ ਸਮਰਥਕ ਵੀ ਹੋ ਸਕਦੇ ਆ ਜਿਨ੍ਹਾਂ ਦੇ ਮਨ 'ਚ ਭੁਲੇਖਾ ਵੀ ਹੋ ਸਕਦਾ ਵੀ ਅਸੀਂ ਸ਼ਾਇਦ ਇੱਥੇ ਸੰਵਿਧਾਨ ਦੀ ਕਾਪੀ ਸਾੜਾਂਗੇ। ਤੋ ਅਸੀਂ ਇਹ ਮੰਗ ਪੱਤਰ ਦੇ ਵਿੱਚ ਕਿਹਾ ਵੀ ਇਹ ਯਕੀਨੀ ਬਣਾਇਆ ਜਾਵੇ ਬਈ ਪੰਜਾਬ ਦੇ ਅੰਦਰ ਕੋਈ ਵੀ ਇੱਦਾਂ ਦਾ ਵਿਅਕਤੀ ਇੱਦਾਂ ਦੀ ਹਰਕਤ ਨਾ ਕਰ ਸਕੇ, ਸੰਵਿਧਾਨ ਦੀ ਕਾਪੀ ਨੂੰ ਸਾੜਨ ਦੀ ਹਿੰਮਤ ਨਾ ਕਰੇ। ਔਰ ਅਗਰ ਕੋਈ ਇੱਦਾਂ ਦੀ ਹਰਕਤ ਕਰ ਦਿੰਦਾ ਆ ਤੋ ਉਸੇ ਵਕਤ ਪੰਜਾਬ ਪੁਲਿਸ ਤੁਰੰਤ ਉਹਨਾਂ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੇ। ਔਰ ਅਗਰ ਪੁਲਿਸ ਕੁਤਾਹੀ ਕਰਦੀ ਹੈ ਤੋ ਅਸੀਂ ਜਿੱਥੇ ਇੱਦਾਂ ਦੀ ਹਰਕਤ ਕਰਨ ਵਾਲਿਆਂ ਦੇ ਖਿਲਾਫ਼ ਅੰਦੋਲਨ ਕਰਾਂਗੇ ਤੋ ਉੱਥੇ ਪੰਜਾਬ ਦੀ ਪੁਲਿਸ ਔਰ ਸਰਕਾਰ ਦੇ ਖਿਲਾਫ਼ ਵੀ ਕਰਾਂਗੇ ਕਿਉਂਕਿ ਅਸੀਂ ਇੱਦਾਂ ਦਾ ਕੋਈ ਜਿਹੜੀ ਹਰਕਤ ਆ ਭਾਰਤ ਦੇ ਸੰਵਿਧਾਨ ਨੂੰ ਸਾੜਨ ਦੀ ਕਾਪੀ ਨੂੰ ਸਾੜਨ ਦੀ ਤਾਂ ਬਹੁਤ ਦੂਰ ਦੀ ਗੱਲ ਆ, ਜੇ ਕੋਈ ਇੱਦਾਂ ਦੀ ਮਨ ਦੇ ਵਿੱਚ ਸ਼ੱਕ ਰੱਖ ਕੇ ਵੀ ਸੰਵਿਧਾਨ ਨੂੰ ਹੱਥ ਲਾਊਗਾ ਕਿ ਮੈਂ ਉਹਦਾ ਕੋਈ ਕੰਨਾ ਸਿਹਾਰੀ ਬਿਹਾਰੀ ਵੀ ਕੋਈ ਮਾੜੀ ਮੋਟੀ ਹਿਲਾ ਦੇਵੇ ਅਸੀਂ ਉਹ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਅਸੀਂ ਸਤਿਕਾਰ ਕਰਦੇ ਹਾਂ ਭਾਰਤ ਦੇ ਸੰਵਿਧਾਨ ਦਾ ਲੇਕਿਨ ਸਤਿਕਾਰ ਕਰਦੇ ਹਾਂ ਦੂਜਿਆਂ ਦੀਆਂ ਭਾਵਨਾਵਾਂ ਦਾ ਵੀ। ਉਹ ਆਪਣੇ ਹੱਕਾਂ ਦੀ ਗੱਲ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਸੰਵਿਧਾਨ ਦੀ ਕਾਪੀ ਨੂੰ ਅਗਰ ਕੋਈ ਸਾੜੇਗਾ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਹ ਅੱਜ ਮੰਗ ਪੱਤਰ ਦੇਣ ਵਾਸਤੇ ਅਸੀਂ ਆਏ ਸੀ ਔਰ ਸਾਨੂੰ SP ਸਾਹਿਬ ਨੇ ਭਰੋਸਾ ਦਵਾਇਆ ਬਈ ਅਸੀਂ ਇੱਦਾਂ ਦੀ ਕੋਈ ਹਰਕਤ ਨਹੀਂ ਹੋਣ ਦੇਵਾਂਗੇ, ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਸਾਨੂੰ ਆਸ ਹੈ ਵੀ ਇੱਦਾਂ ਦੀ ਕੋਈ ਹਰਕਤ ਨਹੀਂ ਹੋਏਗੀ। ਇਸ ਮੌਕੇ SP ਫਗਵਾੜਾ ਨੇ ਵੀ ਭਰੋਸਾ ਦਿੱਤਾ ਹੈ ਕਿ ਉਹਨਾਂ ਵੱਲੋਂ ਮੰਗ ਪੱਤਰ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਜਾਵੇਗਾ ਅਤੇ ਨਾਲ ਹੀ ਉਹਨਾਂ ਕਿਹਾ ਹੈ ਕਿ ਉਹ ਇਲਾਕੇ ਵਿੱਚ ਅਜਿਹੀ ਕਿਸੇ ਵੀ ਘਟਨਾ ਨੂੰ ਨਹੀਂ ਹੋਣ ਦੇਣਗੇ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਵਰਕਰ ਅਤੇ ਆਗੂ ਮੌਜੂਦ ਸਨ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।